ਤੁਸੀਂ ਤਿੰਨੋਂ ਦਾ ਕੁਰਸੀਆਂ ਦੇ ਬੈਰੋ ਵਿੱਚ ਖੜੇ ਹੋ। ਪੱਤਰਕਾਰ ਭਾਈਚਾਰਾ ਨੋਟ ਕਰੇ, ਪ੍ਰਧਾਨ ਸਾਹਿਬ ਦੀ ਮੀਟਿੰਗ ਦਾ ਬਾਈਕਾਟ ਕਰਕੇ ਕੌਣ ਗਿਆ? ਬਹੁਤ ਹੀ ਵਧੀਆ ਐਕਸਪ੍ਰੈਸ ਵਾਲੇ ਮੇਰੇ ਸਾਥੀਆਂ ਨੂੰ ਬੇਨਤੀ ਹੈ, ਥੋੜਾ ਸਾਈਡ ਤੇ ਫਿਰ ਮੈਨੂੰ ਦਿੱਤਾ ਨਹੀਂ ਲੱਗਦਾ, ਥੋੜਾ ਜਿਹਾ ਆਵਾਜ਼ ਥੋੜੀ। ਬਹੁਤ ਹੀ ਸਤਿਕਾਰਯੋਗ ਹਲਕਾ ਵੈਸਟ ਦੇ ਮੇਰੇ ਸਤਿਕਾਰਯੋਗ ਬਜ਼ੁਰਗੋ, ਹਲਕਾ ਵੈਸਟ ਦੇ ਮੇਰੇ ਸਤਿਕਾਰਯੋਗ ਨੌਜਵਾਨੋ, ਮੇਰੀ ਉਹ ਭੈਣੋ, ਮੇਰੇ ਮਾਤਾ ਜੀ, ਕਾਂਗਰਸ ਪਾਰਟੀ ਦੇ ਸਾਰੇ ਹੀ ਸਤਿਕਾਰਯੋਗ ਆਗੂ ਸਾਹਿਬਾਨ, ਭਾਰਤ ਭੂਸ਼ਣ ਆਸ਼ੂ ਜੀ ਦੀ ਪਿਆਰ ਕਰਨ ਵਾਲੇ ਜਾਬਾਜ ਸਿਪਾਹੀ, ਮੇਰੇ ਸਾਥੀਓ, ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਅੱਜ ਮੈਨੂੰ ਇੱਥੇ ਸੁਣਨ ਵਾਸਤੇ ਆਏ ਹੋ। ਮੈਂ ਤੁਹਾਡਾ ਸਾਰਿਆਂ ਦਾ ਬੜਾ ਮਸ਼ਹੂਰ ਹਾਂ ਮੰਚ ਤੇ ਬਿਰਾਜਮਾਨ। ਅੱਜ ਸੇਵਾ ਦਲ ਆਈ ਹੈ, ਮਹਿਲਾ ਕਾਂਗਰਸ ਹੈ, ਯੂਥ ਕਾਂਗਰਸ ਹੈ, ਇੰਟਕ ਹੈ, NSU ਆਈ ਹੈ, ਕੌਂਸਲਰ ਸਾਹਿਬਾਨ ਨੇ। ਪਰ ਮੈਂ ਸਭ ਤੋਂ ਮਾਫ਼ੀ ਮੰਗਣਾ ਚਾਹਾਂਗਾ, ਸਭ ਦਾ ਨਾਂ ਨਹੀਂ ਮੈਂ ਲੈ ਸਕਦਾ ਕਿਉਂਕਿ ਸਾਰਿਆਂ ਦੇ ਨਾਮ ਫਿਰ ਕਾਫ਼ੀ ਲੰਬਾ ਸਮਾਂ ਲੈ ਗਿਆ। ਮੈਂ ਆਪਦੇ ਵੱਡੇ ਭਰਾ ਜਿਹਦਾ ਨਾਮ ਭਾਰਤ ਭੂਸ਼ਣ ਆਸ਼ੂ ਹੈ, ਜਿਹਦੇ ਨਾਲ ਕੋਈ ਮਾਂ ਦੇ ਪੇਟ ਚੋਂ ਤਾਂ ਅਸੀਂ ਪੈਦਾ ਨਹੀਂ ਹੋਏ, ਪਰ ਕਈ ਵਾਰੀ ਤੁਹਾਡੇ ਰਿਸ਼ਤੇ ਕੁਝ ਲੋਕਾਂ ਨਾਲ ਐਸੇ ਬਣ ਜਾਂਦੇ ਨੇ ਗੂੜੇ, ਤੁਸੀਂ ਉਹਨਾਂ ਨਾਲ ਜ਼ਿੰਦਗੀ ਦਾ ਸਾਰਾ ਦੁੱਖ ਸੁੱਖ ਸਾਂਝਾ ਕਰ ਲੈਂਦੇ। ਕਈ ਵਾਰੀ 20 ਸਾਲ ਪੁਰਾਣਾ ਯਾਰ ਹੁੰਦਾ, ਉਹਦੇ ਨਾਲ ਤੁਸੀਂ ਆਪਦੇ ਦਿਲ ਦੀਆਂ ਗੱਲਾਂ ਨਹੀਂ ਕਰ ਸਕਦੇ, ਤੇ 2 ਸਾਲ ਪਹਿਲਾਂ ਬਣਿਆ ਯਾਰ ਹੁੰਦਾ ਜਾਂ 2 ਦਿਨ ਪਹਿਲਾਂ ਬਣਿਆ ਯਾਰ ਹੁੰਦਾ, ਤੁਸੀਂ ਆਪਦੀਆਂ ਸਾਰੀਆਂ ਦਿਲ ਦੀਆਂ ਕਹਾਣੀਆਂ ਉਹਨੂੰ ਸੁਣਾ ਸਕਦੇ। ਭਾਰਤ ਭੂਸ਼ਣ ਆਸ਼ੂ ਜੀ ਤੋਂ ਇਹ ਨਹੀਂ ਹੈ ਕਿ ਮੈਂ ਹੁਣ ਬਹੁਤ ਉਹਨਾਂ ਨੂੰ ਵਡਿਆ ਰਿਹਾ, ਕਿਉਂਕਿ ਬੰਦੇ ਦੇ ਸਾਹਮਣੇ ਤਾਰੀਫ ਕਰਨੀ ਮੈਨੂੰ ਲੱਗਦਾ ਉਹਨੂੰ ਵਡਿਆਈ ਕਹਿੰਦੇ ਆ ਤੇ ਮਾੜੀ ਹੁੰਦੀ, ਪਰ ਸੱਚ ਜਾਣਿਓ ਰਾਜਾ ਵੜਿੰਗ ਨੇ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੁੰਦੇ ਆ, ਮੈਂ ਬਹੁਤ ਸਾਰੇ ਦੇਖਾ ਟਾਵਾਂ ਟਾਵਾਂ ਕੋਈ ਇੱਕਾ ਦੁੱਕਾ ਐਸੇ ਸਟਰੋਂਗ ਮਾਈਂਡਡ ਬੰਦਿਆਂ ਨੂੰ ਆਪਦੀ ਜ਼ਿੰਦਗੀ ਚ ਮਿਲਿਆ ਹੋਊਗਾ, ਨਹੀਂ ਮੈਨੂੰ ਇੰਨਾ ਸਟਰੋਂਗ ਮਾਈਂਡਡ ਬੰਦਾ ਜ਼ਿੰਦਗੀ ਚ ਮਿਲਿਆ ਨਹੀਂ ਜਿਹੜਾ ਦਿਮਾਗ ਦਾ ਪੱਕਾ ਆਦਮੀ ਹੈ। ਔਰ ਸ਼ਾਇਦ ਭਾਰਤ ਭੂਸ਼ਣ ਆਸ਼ੂ ਦੀ ਥਾਂ ਤੇ ਕੋਈ ਹੋਰ ਹੁੰਦਾ, ਰਾਜਾ ਵੜਿੰਗ ਹੁੰਦਾ, ਮੈਂ ਇੰਨਾ ਸਟਰੋਂਗ ਨਹੀਂ ਹਾਂ, ਦੇਖਣ ਚ ਤਾਂ ਮੈਂ ਬਹੁਤ ਤਕੜਾ ਵਕੜਾ ਲੜਦਾ, ਪਰ ਜੇ ਮਾਇੰਡ ਦੀ ਗੱਲ ਕਰੋਗੇ ਤਾਂ ਮੈਂ ਆਪਦੇ ਮਾਇੰਡ ਦਾ ਇੰਨਾ ਸਟਰੋਂਗ ਆਦਮੀ ਥੋੜਾ ਭਾਰਤ ਭੂਸ਼ਣ ਜਿੰਨਾ ਸਟਰੋਂਗ ਨਹੀਂ ਹੈ। ਦਿਸ ਇਜ਼ ਟੂ ਬੀ ਵੈਰੀ ਓਨੈਸਟ, ਮੈਂ ਆਈ ਨੋਟ ਬਟਵੀਨ ਕਿ ਮੱਖਣ ਲਾ ਰਿਹਾ ਤੂੰ ਭਾਰਤ ਭੂਸ਼ਣ ਆਸ਼ੂ ਨਾ, ਬਿਕੋਜ਼ ਆਈ ਹੈਵ ਸੀਨ ਹਿਮ।
ਜਦੋਂ ਕੇਸ ਪਿਆ, ਸੋਰੀ ਦੇਵ ਸਾਹਿਬ ਮੈਂ ਤੁਹਾਡਾ ਨਾਂ ਨਹੀਂ ਲਊਂਗਾ, ਸਾਰੇ ਹਾਥੀ ਦੀ ਪੈਰ ਚ ਸਾਰੇ ਹੀ ਆ ਗਏ। ਜਦੋਂ ਕੇਸ ਪਿਆ ਮੇਰੇ ਭਰਾ ਤੇ, ਪੰਦਰਾਂ ਵੀਹ ਦਿਨਾਂ ਦੀ ਜਦੋ ਜਹਿਦ ਤੋਂ ਬਾਅਦ ਚੱਲ ਰਿਹਾ ਸੀ, ਆਸ਼ੂ ਜਾ ਰਿਹਾ, ਆਸ਼ੂ ਜੀ ਚਲੇ ਗਏ, ਆਸ਼ੂ ਨੂੰ ਫੜਨਾ, ਆਸ਼ੂ ਨੂੰ ਫਲਾਂ ਕਰਨਾ, ਔਰ ਮੇਰਾ ਖਿਆਲ ਮੇਰੇ ਨਾਲ ਸਭ ਤੋਂ ਵੱਧ ਰਾਬਤਾ ਲਾਭ ਆਸ਼ੂ ਦਾ ਸੀਗਾ, ਕਿਉਂਕਿ ਮੈਂ ਆਸ਼ੂ ਬਾਈ ਨੂੰ ਬਹੁਤ ਆਪਦਾ ਵੱਡਾ ਭਰਾ ਮੰਨਦਾ। ਬੇਸ਼ਕ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣ ਗਿਆ, ਜ਼ਰੂਰੀ ਨਹੀਂ ਹੈ ਕਿ ਜੇ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ ਤਾਂ ਮੈਂ ਆਸ਼ੂ ਜੀ ਤੋਂ ਵੱਡਾ, ਮੇਰੇ ਕੋਲ ਅਹੁਦਾ ਵੱਡਾ, ਬਟ ਵੱਡਾ ਭਰਾ ਹਮੇਸ਼ਾ ਸਾਰੀ ਜ਼ਿੰਦਗੀ ਇਹੀ ਹੈ ਤੇ ਇਹੀ ਰਹੂਗਾ, ਭਾਵੇਂ ਦੁਨੀਆਂ ਇੱਧਰ ਦੀ ਇੱਧਰ। ਪਰ ਮੈਂ ਕਹਾਣੀ ਤੁਹਾਨੂੰ ਸੁਣਾ ਰਿਹਾ ਸੀ ਆਸ਼ੂ ਜੀ ਦੀ, ਐਵਰੀ ਡੇ ਹੀ ਯੂਜ਼ ਟੂ ਕਾਲ ਮੀ ਤੇ ਮੈਨੂੰ ਕਹਿੰਦਾ ਸੀ ਕਿ ਯਾਰ ਮੈਂ ਬਹੁਤ, ਹੁਣ ਮੈਂ ਅੰਦਰ ਨਹੀਂ ਬਹਿ ਸਕਦਾ, ਮੈਨੂੰ ਜਲਦੀ ਪੁਲਿਸ ਦੇ ਅੱਗੇ ਪੇਸ਼ ਹੋਣਾ ਵਿਜੀਲੈਂਸ ਦੇ। ਬਸ ਜਿਹੜਾ 15 ਦਿਨ ਰੋਕਿਆ ਉਹ ਰਾਜੇ ਵੜਿੰਗ ਨੇ ਰੋਕਿਆ। ਮੈਂ ਕਿਹਾ ਨਾ, ਸਾਡਾ ਫੰਡਾਮੈਂਟਲ ਰਾਈਟ ਹੈ, ਸਾਡਾ ਫੰਡਾਮੈਂਟਲ ਰਾਈਟ ਹੈ, ਸਾਨੂੰ ਲਿਬਰਟੀ ਹੈ ਦੇਸ਼ ਦੇ ਸੰਵਿਧਾਨ ਚ, ਕਿ ਅਗਰ ਕੋਈ ਸਾਡੇ ਤੇ ਕਾਨੂੰਨ ਪਾਉਂਦਾ ਤਾਂ ਅਸੀਂ ਉਹਦੇ ਵਾਸਤੇ ਬੇਲ ਅਪਲਾਈ ਕਰਨੀ, ਤੇ ਸਾਡਾ ਹੱਕ ਹੈ, ਕੰਸਟੀਟਿਊਸ਼ਨ ਨੇ ਦਿੱਤਾ ਹੈ, ਬਾਬਾ ਸਾਹਿਬ ਅੰਬੇਦਕਰ ਨੇ ਦਿੱਤਾ ਹੈ। ਪਰ ਇਹ ਬੰਦਾ ਕਹਿੰਦਾ ਨਹੀਂ, ਮੈਂ ਬਹੁਤ ਜਲੀਲ ਹੋ ਗਿਆ, ਆਸ਼ੂ ਭੱਜਣਾ ਪੈ ਰਿਹਾ। ਇਹ ਮੈਨੂੰ ਇਹ ਬੋਲ ਸੀਗੇ, ਅੰਤ ਵਿੱਚ ਸਾਡੇ ਹੱਥ ਖੜੇ ਹੋ ਗਏ ਭਾਰਤ ਭੂਸ਼ਣ ਆਸ਼ੂ ਨੇ ਮੈਨੂੰ ਇੱਕ ਗੱਲ ਕਹੀ, ਮੈਂ ਕੱਲ ਨੂੰ 10 ਵਜੇ ਤੇਰੇ ਘਰੇ ਆਵਾਂਗਾ, ਜੇ ਕਿਸੇ ਨੇ ਮੇਰੇ ਨਾਲ ਜਾਣਾ ਹੈ ਚਲੋ, ਨਹੀਂ ਮੈਂ ਵਿਜੀਲੈਂਸ ਦੇ ਦਫ਼ਤਰ ਜਾਵਾਂ। ਮੈਂ ਫਿਰ ਕਿਹਾ ਇੱਕ ਵਾਰੀ, ਕਹਿੰਦਾ ਨਾ ਫੈਸਲਾ ਕਰ ਲਿਆ, ਤਾਂ ਮੈਂ ਕਿਹਾ ਦੈਟ ਸੱਚ ਅ ਸਟਰੋਂਗ ਮੈਨ, ਨਹੀਂ ਜੇਲ ਜਾਣ ਲੱਗਿਆ ਵੱਡੇ ਵੱਡੇ ਘੁਰਲੀ ਘੈਂਟ ਵੱਡੇ ਵੱਡੇ ਤਨਾਤ ਜਾਣ ਨਿਕਲਦੀ ਹੈ, ਅਸੀਂ ਮੈਂ ਜਾਊਂਗਾ ਦਲੇਰੀ ਦੇ ਨਾਲ। ਅਸੀਂ ਫਿਰ ਸਾਰੇ ਜਾਣੇ ਇਕੱਠੇ ਹੋਏ, ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਤੇ ਫਿਰ ਅਸੀਂ ਉੱਥੇ ਗੇਟ ਚ ਗਏ, ਤੇ ਫਿਰ ਕੀ ਹੋਣਾ ਸੀ ਉਹ ਪਤਾ ਹੀ ਸੀ। ਜਦੋਂ ਆਪਣੇ ਹੀ ਦੁਸ਼ਮਣ ਬਣ ਜਾਣ, ਹਮੇ ਤੋ ਆਪਣੋ ਨੇ ਮਾਰਾ ਗੈਰੋ ਮੇ ਕਹਾ ਦਮ ਥਾ, ਅਸੀਂ ਤਾਂ ਜਿਨ੍ਹਾਂ ਨੂੰ ਪਾਲ ਪੋਸ ਕੇ ਅੱਡਾ ਕੀਤਾ ਸਾਨੂੰ ਉਹਨਾਂ ਨੇ ਮਾਰਿਆ, ਨਹੀਂ ਆਸ਼ੂ ਜੀ ਨੂੰ ਕੌਣ ਫੜਨ ਵਾਲਾ ਸੀ। ਫਿਰ ਉੱਥੇ ਜਾ ਕੇ ਵੜਕਾਂ ਮਾਰੀਆਂ, ਫਿਰ ਸਾਡਾ ਭਰਾ ਸੂਲੀ ਤੇ ਚੜ੍ਹਨ ਵਾਸਤੇ ਤਿਆਰ ਸੀ, ਔਰ ਹੱਸਦੇ ਹੱਸਦੇ ਉਹ ਚਲਾ ਗਿਆ। ਔਰ ਯਾਰ ਆਸ਼ੂ ਦਾ ਸਟਰੋਂਗ ਹੈ ਹੀ ਹੈ, ਜਿਹੜੀ ਮੇਰੀ ਭੈਣ ਮਮਤਾ, ਮੈਨੂੰ ਨੀ ਪਤਾ ਅੰਦਰ ਵੜ ਕੇ ਰੋਲੀ ਹੋਵੇ ਤਾਂ ਮੈਨੂੰ ਪਤਾ ਨਹੀਂ, ਪਰ ਉਹਦੇ ਮੂੰਹ ਤੇ ਮੈਂ ਸ਼ਿਰਕਤ ਉਹਨੇ ਕਿਹਾ ਲੜਾਂਗੇ ਹੈ ਨੀ। ਮੈਂ ਆਪਦੀ ਕਹਾਣੀ ਨੂੰ ਕਿਹਾ, ਮੈਂ ਕਿਹਾ ਕਿਉਂਕਿ ਸਾਨੂੰ ਵੀ ਕਹਿੰਦੇ ਸੀ ਭਗਵੰਤ ਮਾਨ ਇਹਨਾਂ ਨੂੰ ਫੜਨਾ ਹੈ, ਫੜਾਉਣਾ ਹੈ, ਕਰਨਾ ਹੈ। ਮੈਂ ਆਪਦੀ ਘਰਾਂ ਨੂੰ ਕਿਹਾ, ਮਮਤਾ ਸ਼ਰਮਾ ਨੂੰ ਜਾ ਕੇ ਮਿਲ ਕੇ ਆਉਣਾ, ਉਹਦੇ ਅੱਗੇ ਸਟਰੋਂਗ ਬਣਨਾ, ਇਹ ਨਾ ਹੋਵੇ ਬੰਦਾ ਢਹਿ ਵੀ ਤੁਸੀਂ ਲੜਨਾ ਹੈ,
ਉਦੋਂ ਵੀ ਦਿਮਾਗ ਸੁਣ ਗੁੱਸਾ ਤਾਂ ਹੈਗਾ ਮੈਨੂੰ 2500 ਵਾਰੀ ਮੈਨੂੰ ਲੜਿਆ ਹੋਵੇ ਤੇ 2500 ਵਾਰੀ ਮੈਂ ਹੀ ਕਿਆ ਹੋਇਆ ਕਿ ਆਸ਼ੂ ਬਾਈ ਬਚ ਨਾ ਤਾਂ ਦਿਮਾਗ ਦਾ ਕਮਜ਼ੋਰ ਹੈ ਤੇ ਨਾ ਕਿਸੇ ਨਾਲ ਧੋਖਾ ਤੇ ਦਾਗਾ ਕਰਦਾ ਹੈ ਇਹ ਪੱਕੀ ਗੱਲ ਹੈ ਸੋ ਇਹ ਭਾਰਤ ਭੂਸ਼ਣ ਆਸ਼ੂ ਦਾ ਕਿਰਦਾਰ ਹੈ ਐਂਡ ਯੂ ਸੈਡ ਇਹ ਗੱਲ ਨਹੀਂ ਕਹਿਣੀ ਸੀ ਤੁਸੀਂ ਮੇਰੇ ਸਾਹਿਬ ਮੇਰੇ ਦਿਮਾਗ ਚ ਆ ਜਿੱਤਾਂ ਹਾਰਾਂ ਬਣੀਆਂ ਆਈਆਂ ਜਦੋਂ ਮੈਦਾਨ ਚ ਤੁਸੀਂ ਜਾਓਗੇ ਹੋ ਸਕਦਾ ਤੁਸੀਂ ਸ਼ਹੀਦ ਹੋ ਜਾਓ ਤੇ ਹੋ ਸਕਦਾ ਤੁਸੀਂ ਫਤਿਹ ਹਾਸਲ ਕਰਕੇ ਆਓ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਫੌਜ ਨੇ ਤੁਹਾਡੇ ਨਾਲ ਗਦਾਰੀ ਕੀਤੀ ਉਹ ਤੁਹਾਡਾ ਮੁਕੱਦਰ ਹੈ ਮੇਰਾ ਭਰਾ ਇਹ ਗੱਲ ਕਹੀ ਨਾ ਕਿ ਮੇਰੇ ਤੇ ਗੱਲ ਆਉਣੀ ਹੈ ਨਾ ਰਾਜਾ ਬਣੀ ਇੰਨਾ ਬੇਵਫਾ ਨਹੀਂ ਹੈ ਉਹ ਫੈਸਲਾ ਮੇਰੇ ਮੁਕੱਦਰਾਂ ਦਾ ਹੋਣਾ ਜੋ ਵੀ ਹੋਣਾ ਪਰ ਅੱਜ ਤੇ ਕੱਲ ਤੇ ਪਰਸੋਂ ਰਾਜਾ ਵੜਿੰਗ ਹਮੇਸ਼ਾ ਇਹ ਕਹੇਗਾ ਜ਼ਿੰਦਗੀ ਚ ਹਰ ਮੋੜ ਤੇ ਹਰ ਚੁਰਾਹੇ ਤੇ ਹਰ ਗਲੀ ਚ ਚਾਹੇ ਅਸੀਂ ਆਮਣੇ ਸਾਹਮਣੇ ਨਾ ਵੀ ਜ਼ਿੰਦਗੀ ਚ ਕਦੇ ਹੋਏ ਤਾਂ ਇਹ ਕਹੇਗਾ ਕਿ ਜੋ ਮੇਰੇ ਵਾਸਤੇ ਮੇਰੇ ਭਰਾ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਮੈਂ ਐਡਾ ਬੇਈਮਾਨ ਬੰਦਾ ਨਹੀਂ ਹਾਂ ਐਂਡ ਇਹ ਮੇਰਾ ਵੱਡਾ ਭਰਾ ਹੈ ਔਰ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਲੱਗਦਾ ਹੋਣਾ ਕਈਆਂ ਲੋਕਾਂ ਨੂੰ ਅੱਜ ਵੀ ਰਾਜਾ ਵੜਿੰਗ ਜੋ ਆਸ਼ੂ ਤੋਂ ਮੰਗਵਾ ਸਕਦਾ ਸ਼ਾਇਦ ਮਮਤਾ ਭੈਣ ਵੀ ਨਹੀਂ ਮੰਗਾ ਸਕਦੀ ਮੇਰਾ ਤੇ ਇਹਦਾ ਇੰਨਾ ਰਿਸ਼ਤਾ ਹੈਗਾ ਹੈ ਹਾਂ ਮੈਨੂੰ ਬੜੂਗਾ ਗਾਲਾਂ ਵੀ ਕੱਢ ਦੂਗਾ 5 ਘੰਟੇ ਬਣਾਊਗਾ ਵੀ ਇਹ ਹੋ ਸਕਦਾ 2 ਦਿਨ ਫੋਨ ਵੀ ਨਾ ਚੱਕੇ ਪਰ ਜਿਹੜੀ ਗੱਲ ਮੈਂ ਬਣਾ ਸਕਦਾ ਉਹ ਮੇਰ ਸਾਹਿਬ ਨਹੀਂ ਬਣਾ ਸਕਦੇ ਇੱਕ ਗੱਲ ਧਿਆਨ ਰੱਖਿਓ ਜਾਂ ਮਮਤਾ ਸਾਹਿਬ ਨਹੀਂ ਬਣਾ ਸਕਦੇ ਉਹ ਰਾਜਾ ਵੀ ਨਹੀਂ ਬਣਾ ਸਕਦੇ ਇਹ ਰਾਜੇ ਬਣੀ ਕੋਲੇ ਅਧਿਕਾਰ ਹੈਗਾ ਸੋ ਦੋਸਤੋ ਜਿੱਥੋਂ ਦਾ ਅੱਜ ਰਹੀ ਇਹ ਚੱਲਦਾ ਰਹਿੰਦਾ ਸਰਕਲ ਹੈ ਕਾਂਗਰਸ ਪਾਰਟੀ ਚ ਕਈਆਂ ਦੀ ਰੱਬ ਤੁਹਾਡੇ ਇਮਤਿਹਾਨ ਲੈਂਦਾ ਕਈਆਂ ਲੱਗਦਾ ਹੋਣਾ ਟਿਕਟ ਮੈਂ ਤੇ ਆਸ਼ੂ ਬੈਠੇ ਐਮਐਲਏ ਬਣੇ ਪਰ ਆਸ਼ੂ 5 ਸਾਲ ਮੰਤਰੀ ਰਹੇ ਮੈਂ 3 ਮਹੀਨੇ ਮੰਤਰੀ ਰਿਹਾ ਮੈਂ ਆਲ ਇੰਡੀਆ ਦਾ ਪ੍ਰਧਾਨ ਰਿਹਾ ਬਟ ਮੈਂ ਮੰਤਰੀ ਨਹੀਂ 5 ਸਾਲ ਬਣ ਸਕਿਆ ਮੇਰੇ ਤੋਂ ਪਹਿਲਾਂ ਓਪਰਚੁਨਿਟੀ ਆਸ਼ੂ ਜੀ ਨੂੰ ਮਿਲੀ ਰਾਹੁਲ ਗਾਂਧੀ ਕੁਝ ਹੋਰ ਸੋਚ ਦਾ ਮਾਲਕ ਹੈ ਥੋੜਾ ਜਿਹਾ ਆਪਣਾ ਆਪਣਾ ਉਹਦਾ ਸਵਾਲ ਹੈ ਮੈਂ ਆਲ ਇੰਡੀਆ ਦਾ ਪ੍ਰਧਾਨ ਮੇਰੇ ਸਾਰੇ ਯੂਨੀਅਨ ਦੇਸ਼ ਮੰਤਰੀ ਬਣ ਕੇ ਮੈਂ ਨਹੀਂ ਬਣ ਸਕਿਆ ਮੈਨੂੰ ਲੱਗਿਆ ਕੋਈ ਗੜਬੜ ਹੈ ਪਰ ਮੇਰੇ ਕੋਈ ਗੜਬੜ ਨਹੀਂ ਸੀ ਮੇਰਾ ਰੱਬ ਇਮਤਿਹਾਨ ਲੈ ਰਿਹਾ ਸੀ ਮੇਰਾ ਸਬਰ ਦਾ ਤੇ ਮੈਨੂੰ ਮੇਰਾ ਲੀਡਰ ਟੈਸਟ ਕਰ ਰਿਹਾ ਸੀ ਵੀ ਮੇਰੇ ਨਾਲ ਕਿੰਨਾ ਕੁ ਵਫ਼ਾਦਾਰ ਹੈ ਮੈਂ ਜਿਹਨੂੰ ਹਰਾਇਆ ਸੀ ਮਨਪ੍ਰੀਤ ਬਾਦਲ ਨੂੰ ਉਹ 5 ਸਾਲ ਮੰਤਰੀ ਸੀ ਤੇ ਰਾਜਾ ਵੜਿੰਗ ਉਹਦੇ ਬਾਹਰ ਚ ਖੜਾ ਹੁੰਦਾ ਸੀ ਪੈਸੇ ਲੈਣ ਵਾਸਤੇ ਮੇਰੀ ਇਹ ਜਲਾਲਤ ਸੀ ਪਰ ਮੇਰਾ ਲੀਡਰ ਮੇਰਾ ਟੈਸਟ ਲੈ ਰਿਹਾ ਹੁਣ ਤੇ ਮੈਨੂੰ ਹੁਣ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ
ਤੇ ਆਸ਼ੂ ਜੀ ਤੇ ਰਾਹੁਲ ਜੀ ਇਹਨਾਂ ਦੇ ਵਿਚਕਾਰ ਕੋਈ ਨਹੀਂ ਹੈ। ਇਹ ਤੁਹਾਨੂੰ ਨਹੀਂ ਦਿਖਾਇਆ, ਟੈਲੀਫੋਨ ਤੇ ਰਾਹੁਲ ਗਾਂਧੀ ਨੇ ਜੋ ਆਸ਼ੂ ਜੀ ਨੂੰ ਲਿਖਿਆ ਹੈ ਉਹ ਹੋ ਸਕਦਾ ਇੱਕ ਅੱਧੇ ਬੰਦੇ ਨੇ ਪੜ੍ਹਿਆ ਹੋਵੇ, ਮੈਂ ਤਾਂ ਪੜ੍ਹਿਆ। ਯੂ ਆਰ ਮਾਈ ਲੋਇਲੈਸਟ ਮੈਨ ਐਂਡ ਯੂ ਆਰ ਅ ਫਾਈਟਰ ਐਂਡ ਤੂੰ ਮੇਰੀ ਹਮੇਸ਼ਾ ਜ਼ਿੰਦਗੀ ਦੀ ਪਹਿਲੀ ਪਸੰਦ ਹੈ। ਇਹ ਰਿਕਾਰਡ ਦਾ ਹਿੱਸਾ ਹੈ, ਆਸ਼ੂ ਜੀ ਦੇ ਪੋਸਟ ਹੈ। ਐਂਡ ਰਾਹੁਲ ਗਾਂਧੀ ਦਾ ਕਹਿਣਾ ਇਹ ਕੋਈ ਛੋਟੀ ਗੱਲ ਨਹੀਂ ਹੈ। ਜ਼ਰੂਰੀ ਨਹੀਂ ਕਿ ਟਿਕਟ ਮੰਤਰੀ, ਮੈਨੂੰ ਵੀ ਲੱਗਿਆ ਜਦੋਂ ਮੰਤਰੀ ਨਹੀਂ ਬਣਿਆ, ਟਿਕਟ ਤੇ ਮੰਤਰੀਸ਼ਿਪ ਇਟਸ ਨੋਟ ਦੈਟ ਇੰਪੋਰਟੈਂਟ, ਤੁਹਾਡੀ ਇੱਜ਼ਤ ਜ਼ਿਆਦਾ ਇੰਪੋਰਟੈਂਟ ਹੈ, ਤੁਹਾਡਾ ਕਿਰਦਾਰ ਜ਼ਿਆਦਾ ਇੰਪੋਰਟੈਂਟ ਹੈ। ਅੱਜ ਯੰਗਸਟਰ ਮੁੰਡੇ ਸਾਰੇ ਛੱਡ ਛੱਡ ਕੇ ਭੱਜ ਗਏ ਬਿਨਾਂ ਗੱਲ ਤੋਂ, ਜਿਨ੍ਹਾਂ ਨੂੰ ਤਿੰਨ ਵਾਰੀ ਟਿਕਟ ਦਿੱਤੀ, ਜਿਨ੍ਹਾਂ ਨੂੰ ਡਿਪਟੀ ਸੀਐਮਪੀ ਦਾ ਲੀਡਰ ਬਣਾਇਆ, ਦੈਟਸ ਇਹਨਾਂ ਨੇ ਤਾਂ ਹੀ ਕਿਹਾ ਓਪਰਚੁਨਿਸਟ ਹੈ। ਅੱਜ ਬਿੱਟੂ ਨੇ ਜੋ ਕੀਤਾ, ਬਿੱਟੂ ਚੁਣਾਵ ਤੋਂ ਅੱਜ ਵੀ ਹਰ ਰਹੇ, ਕੰਗ ਤੇ ਲਿਖਿਆ ਪਿਆ ਕਿ ਬਿੱਟੂ ਚੁਣਾਵ ਹਰ ਰਿਹਾ, ਜਿਹਨੇ ਸ਼ਰਤ ਲਾਉਣੀ ਲਾ ਲਓ। ਹੁਣ ਇਸ ਕਰਕੇ ਹਰਨਾ ਕਿ ਜੋ ਤਗਾ ਕਮਾਇਆ ਆਪਦਿਆਂ ਨਾਲ, ਇਹਨਾਂ ਨਾਲ ਜਾਂ ਆਪਦੀ ਪਾਰਟੀ ਦੇ ਨਾਲ, ਜੇ ਹਰਨਾ ਹੀ ਸੀ ਕਰਤਾਰ ਵੀ ਗਵਾ ਬੈਠਾ, ਜੇ ਹਰਨਾ ਹੀ ਸੀ ਤਾਂ ਕਾਂਗਰਸ ਪਾਰਟੀ ਤੋਂ ਹਰ ਲੈਂਦਾ। ਪਰ ਸਮਾਂ ਹੈ ਤਾਂ ਉਹ ਰਾਜ ਬਾਣੀ ਚਾਹੁੰਦਾ ਤੇ ਰਾਜੋ ਨਰਕ ਰੱਬ ਐਂ ਚੜਾਉਂਦਾ, ਐਂ ਬਾਣੀ ਚਾਹੁੰਦਾ ਭਿਖਾਰੀ ਤੇ ਰਾਜ ਕਰਾਵੇ, ਜੇ ਉਹਦੀ ਕਿਰਪਾ ਤੋਂ ਭਿਖਾਰੀਆਂ ਨੂੰ ਵੀ ਰਾਜ ਕਰਾਵੇ। ਸੋ ਸਮਾਂ ਇਟਸ ਬਦਲਦਾ ਰਹਿੰਦਾ। ਸੋਰੀ ਮੈਂ ਸਾਰਾ ਭਾਸ਼ਣ ਹੀ ਇੱਧਰ ਉੱਧਰ ਡਾਈਵਰਟ ਕਰਤਾ, ਮਾਫ਼ੀ ਚਾਹੁੰਦਾ ਦੋਸਤੋ। ਮੈਨੂੰ ਬਹੁਤ ਤੁਸੀਂ ਲੋਕਾਂ ਨੇ ਪਿਆਰ ਦਿੱਤਾ। ਸੋ ਆਸ਼ੂ ਜੀ ਦਾ ਕੇਸ ਸੈਪਰੇਟ ਹੈ, ਉਹ ਸਾਡਾ ਭਰਾ ਹੈ ਵੱਡਾ, ਪਰ ਮੈਂ ਲੁਧਿਆਣੇ ਦਾ ਆਸਾਨ ਕਦੇ ਨਹੀਂ ਦੇ ਸਕਦਾ। ਜਿਸ ਪ੍ਰਕਾਰ ਤੁਸੀਂ ਲੋਕਾਂ ਨੇ ਮੇਰਾ ਸਵਾਗਤ ਕੀਤਾ, ਸੱਚ ਜਾਣਿਓ ਮੇਰੀ ਮਾਂ ਦੀ ਮੌਤ ਹੋ ਗਈ ਸੀ ਜਦੋਂ ਮੈਂ 6 ਸਾਲ ਦਾ ਸੀ, ਪਿਤਾ ਚਲੇ ਗਏ ਸੀ 9-10 ਸਾਲ ਦਾ ਸੀ, ਲੇਕਿਨ ਮੈਨੂੰ ਇਹ ਮਹਿਸੂਸ ਹੋਇਆ ਲੁਧਿਆਣੇ ਆ ਕੇ ਲੋਕਾਂ ਨੂੰ ਮਿਲ ਕੇ, ਅਸੀਂ ਤਾਂ ਤੁਹਾਡੇ ਵਾਸਤੇ ਕੁਛ ਨਹੀਂ ਕੀਤਾ, ਆਸ਼ੂ ਜੀ ਨੇ ਤਾਂ ਗਲੀਆਂ ਬਣਾਈਆਂ, ਤੁਹਾਡੇ ਨਾਲ ਖੜੇ ਲੜਾਈਆਂ ਲੜੀਆਂ, ਮੈਂ ਤਾਂ ਕੁਝ ਨਹੀਂ ਕੀਤਾ, ਮੈਨੂੰ ਕਾਹਦੇ ਵਾਸਤੇ ਇੰਨਾ ਪਿਆਰ। ਇਹ ਰੱਬ ਦੀ ਮਿਹਰ ਹੈ। ਮੈਨੂੰ ਇਹ ਮਹਿਸੂਸ ਹੋਇਆ ਕਿ ਬੜੇ ਚਿਰ ਬਾਅਦ ਮੇਰੀ ਮਾਂ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਹੋਵੇ। ਸੋ ਮੈਂ ਲੁਧਿਆਣੇ ਦੇ ਲੋਕਾਂ ਦਾ ਮੁਰੀਦ ਹਾਂ, ਪਰ ਮੈਨੂੰ ਇਹ ਸੇਵਾ ਬਖਸ਼ੀ ਹੈ ਕਾਂਗਰਸ ਪਾਰਟੀ ਨੇ, ਰਾਹੁਲ ਗਾਂਧੀ ਜੀ ਨੇ, ਮੈਂ ਉਹ ਸੇਵਾ ਨਿਭਾਉਣਾ ਹੈ। ਔਰ ਇੱਕ ਤੁਹਾਡੇ ਨਾਲ ਵਾਅਦਾ ਕਰਦਾ, ਜੋ ਸ਼ਿਕਾਇਤ ਤੁਹਾਨੂੰ ਬਿੱਟੂ ਨਾਲ ਸੀ ਹੈ, ਰਾਜੇ ਬਣੇ ਨਾਲ ਉਹ ਕਦੇ ਜ਼ਿੰਦਗੀ ਚ ਸ਼ਿਕਾਇਤ ਤੁਹਾਨੂੰ ਆਏਗੀ ਨਹੀਂ। ਰਾਜਾ ਬਣੇ 12 ਵਜੇ ਵੀ ਸਦੋਗੇ ਤਾਂ ਤੁਹਾਡੇ ਚ ਹਾਜ਼ਰ ਰਹੇਗਾ। 3 ਵਾਰੀ ਮੈਂ ਲਗਾਤਾਰ ਜਿੱਤੇ ਬਾਦਲਾਂ ਨਾਲ ਲੜੇ, ਔਰ ਇਸ ਵਾਰੀ ਜਿੱਤਿਆ ਤਾਂ ਕੋਈ ਨਾ ਕੋਈ ਤਾਂ ਮੇਰੇ ਚ ਵੀ ਕੁਆਲਿਟੀ ਹੋਊਗੀ, ਜਿਵੇਂ ਤੁਸੀਂ ਆਸ਼ੂ ਜੀ ਨੂੰ ਪਿਆਰ ਕਰਦੇ ਹੋ, ਕੋਈ ਨਾ ਕੋਈ ਤਾਂ ਚੰਗਾਪਣ ਹੋਏਗਾ। ਸੋ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਪਰ ਲੜਾਈ ਬੜੀ ਸਖਤ ਹੈ, ਡੋਂਟ ਅੰਡਰ ਐਸਟੀਮੇਟ ਸਾਹਮਣੇ ਵਾਲੇ ਨੂੰ, ਦਲੇਰੀ ਨਾਲ ਅਸੀਂ ਕੰਮ ਕਰਨਾ ਅਗਲੇ 23-24 ਦਿਨ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਮੈਨੂੰ ਤੁਹਾਡੇ 5 ਘੰਟੇ ਚਾਹੀਦੇ,
ਇੱਕ ਦਿਨ ਚ 5 ਘੰਟੇ ਚਾਹੀਦੇ, ਜਾਣੀ ਕਿ 25 ਦਿਨ ਹੈ ਤਾਂ 125 ਘੰਟੇ ਮੈਨੂੰ ਤੁਹਾਡੇ ਚਾਹੀਦੇ ਹੈ। BLA 1, BLA 2, ਬਲਾਕ ਕਮੇਟੀ, ਵਾਰਡ, ਮੰਡਲ ਪ੍ਰਧਾਨ, ਮੰਡਲ ਕਮੇਟੀ, 125 ਘੰਟੇ ਮੈਨੂੰ ਦਿਓ 25 ਦਿਨਾਂ ਚ, ਇਹਦੂ ਵੱਧ ਨਹੀਂ ਚਾਹੀਦੇ। ਉਸ ਤੋਂ ਬਾਅਦ ਰਾਜੇ ਵਰਿੰਗ ਦੇ ਚੰਮ ਦੀਆਂ ਜੁੱਤੀਆਂ ਵੀ ਤੁਸੀਂ ਬਣਾ ਸਕਦੇ ਹੋ, ਤੁਹਾਡੇ ਨਾਲ ਮੈਂ ਵਾਅਦਾ ਇਸ ਗੱਲ ਦਾ ਕਰਦਾ, ਜਦੋਂ ਕਦੇ ਬੁਲਾਉਂਗੇ ਰਾਜਾ ਵਰਿੰਗ ਤੁਹਾਡੇ ਹੱਥੇ ਖੜਾ ਹੋਏਗਾ। ਸੋ ਕਿਵੇਂ ਚਲਾਉਣੇ, ਮੈਨੂੰ ਜਲੰਧਰ ਵੈਸਟ, ਜਲੰਧਰ ਕਹੀਏ, ਲੁਧਿਆਣਾ ਵੈਸਟ ਦੇ ਬਾਰੇ ਕੁਝ ਨਹੀਂ ਪਤਾ। ਜੋ ਕੁਝ ਹੈ ਉਹ ਆਸ਼ੂ ਬਾਈ ਨੇ ਵੇਖਣਾ, ਮੇਅਰ ਸਾਹਿਬ ਹੋਰਾਂ ਨੇ ਵੇਖਣਾ, ਸਾਰੇ ਸਰਕਾਰਯੋਗ ਆਗੂਆਂ ਨੇ ਵੇਖਣਾ। ਜਿੱਥੇ ਮੈਨੂੰ ਮੇਰਾ ਭਰਾ ਲੈ ਕੇ ਜਾਊਗਾ ਮੈਂ ਚਲਾ ਜਾਊਂਗਾ, ਨਹੀਂ ਤਾਂ ਮੈਨੂੰ ਲੱਗਦਾ ਕਿ ਵੈਸਟ ਚ ਰਾਜੇ ਵੜਿੰਗ ਦੀ ਕੋਈ ਬਾਹਲੀ ਲੋੜ ਨਹੀਂ, ਮੈਂ ਹੋਰ ਕਿਤੇ ਟਾਈਮ ਲਾ ਲੂੰਗਾ। ਇੱਥੇ ਵੈਸੇ ਤਾਂ ਪੂਰੇ ਲੁਧਿਆਣੇ ਚ ਹੀ ਆਸ਼ੂ ਜੀ ਦੀ ਲੋੜ ਹੈ। ਸੋ ਮੈਂ ਇਹ ਬੇਨਤੀ ਕਰੂੰਗਾ ਕਿ ਆਸ਼ੂ ਜੀ ਨੂੰ ਘੱਟ ਤੋਂ ਘੱਟ ਸਮਾਂ ਤੁਸੀਂ ਲੁਧਿਆਣੇ ਚ ਆਪਦੀ ਕੌਂਸਟੀਚੁਐਂਸੀ ਚ ਰੱਖਿਓ, ਤੇ ਬਾਹਰ ਆਪਦੇ ਭਰਾ ਨੂੰ ਮੇਰੀ ਮਦਦ ਕਰੇਗਾ ਤੇ ਮੈਂ ਤਕੜਾ ਹੋ ਕੇ ਇਸ ਚੁਣਾਵੀ ਮੈਦਾਨ ਚੋਂ ਲੜ ਕੇ ਨਿਕਲ ਜਾਵਾਂਗਾ। ਸੋ ਤੁਹਾਡਾ ਸਾਰਿਆਂ ਦਾ, ਬਿਕੋਜ਼ ਅਗਲੀ ਮੀਟਿੰਗ ਵੀ ਹੈ, ਹੁਣ ਤਾਂ ਤੁਹਾਡੇ ਸਾਹਮਣੇ ਨਹੀਂ ਕਹਿਣਾ ਯਾਰ ਉਹ ਆਤਮ ਨਗਰ ਵਾਲੇ ਹੁਣ ਬੰਦ ਕਰ ਭਾਸ਼ਣ ਤੇ ਚੱਲ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਜਿੰਨੇ ਕਦਮ ਚੱਲ ਕੇ ਆਏ ਮੇਰੇ ਸਿਰ ਮੱਥੇ। ਪਰ ਇੱਕ ਗੱਲ ਹੋਰ ਹੈ, ਕਿਸੇ ਨੂੰ ਚੰਗੀ ਤਰੀਕੇ ਨਾਲ ਬਣਾਇਆ ਨਾ ਜਾਵੇ ਇਹ 24 ਦਿਨ, ਕਿਉਂਕਿ ਸੋਨੇ 4 ਘੰਟੇ ਆਉਂਦਾ ਕਹਿੰਦਾ ਯਾਰ ਅਸੀਂ ਇਹਦੇ ਪਿੱਛੇ ਕੰਮ ਕਰਦੇ ਹਾਂ, ਇਹਨੇ ਫੋਨ ਨਹੀਂ ਚੱਕਿਆ, ਹੱਥ ਨਹੀਂ ਮਿਲਾ ਰਹੇ ਚੰਗੇ ਤਰੀਕੇ ਨਾਲ, 24 ਦਿਨਾਂ ਵਾਸਤੇ ਮਾਫੀ, 1 ਤਰੀਕ ਤੋਂ ਬਾਅਦ ਕੋਈ ਮਾਫੀ ਨਹੀਂ, ਇਹ ਮੇਰਾ ਜ਼ਰੂਰ ਧਿਆਨ ਰੱਖਿਓ। ਔਰ ਪਲੀਜ਼ ਸਾਰੇ ਜਾਣੇ ਤਕੜੇ ਹੋ ਕੇ 1 ਤਰੀਕ ਨੂੰ 5 ਦਾ ਬਟਨ ਨੱਪਣਾ ਵੀ ਹੈ ਤੇ ਨਪਾਉਣਾ ਵੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜੈ ਹਿੰਦ। ਇੱਕ ਮਿੰਟ ਬੈਠੇ।